ਅੱਜ ਸਵੇਰੇ ਦੀ ਵੱਡੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੋ ਅਧਿਆਪਕਾਂ ਅਤੇ 10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਬੇहद ਭਿਆਨਕ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੇ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਜਿਸ ਦੇ ਕਾਰਨ 10 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਅਧਿਆਪਕਾਂ ਦੀ ਵੀ ਜਾਨ ਚਲੀ ਗਈ ਹੈ ਕੁੱਲ 12 ਲੋਕਾਂ ਦੀ ਮੌਤ ਹੋਈ ਹੈ ਤੇ 15 ਵਿਦਿਆਰਥੀ ਹਸਪੀਟਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਦੇ ਵਿੱਚ ਸਵਾਰ ਸੀ ਇਸ ਸਮਰੱਥਾ ਨਾਲੋਂ ਵੱਧ ਲੋਕ ਸਵਾਰ ਸੀ ਕਿਸ਼ਤੀ ਦੇ ਵਿੱਚ ਖਾਸ ਕਰ ਵਿਦਿਆਰਥੀ ਸੀ ਤੇ ਅਚਾਨਕ ਕਿਸ਼ਤੀ ਪਲਟ ਗਈ ਤੇ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਸੀ ਪਹਿਨੀ ਤੇ 10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਦੋ ਅਧਿਆਪਕਾਂ ਦੀ ਵੀ ਜਾਨ ਚਲੀ ਗਈ ਹੈ ਹਾਲਾਂਕਿ ਹਾਲੇ ਵੀ ਗੋਤਾਖੋਰ ਬੱਚਿਆਂ ਦੀਆਂ ਡੈੱਡ ਬੋਡੀਆਂ ਲੱਭ ਰਹੇ ਨੇ ਦੱਸਦੀ ਹੈ ਕਿ ਕਿਸ਼ਤੀ ਦੇ ਵਿੱਚ ਕੁੱਲ 27 ਬੱਚੇ ਸਵਾਰ ਸਨ ਤੇ ਸਮਰੱਥਾ ਤੋਂ ਵੱਧ ਭਰੀ ਹੋਈ ਸੀ ਕਿਸ਼ਤੀ ਲੇਖ ਤੇ ਘੁੰਮਣ ਆਏ ਸੀ ਵਿਦਿਆਰਥੀ ਤਾਂ ਖਬਰ ਵਡੋਦਰਾ ਤੋਂ ਗੁਜਰਾਤ ਦੇ ਵਡੋਦਰਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵੱਡਾ ਦੁਖਦਾਈ ਹਾਦਸਾ ਵਾਪਰ ਗਿਆ ਹੈ ਗੁਜਰਾਤ ਦੇ ਵਡੋਦਰਾ ਦੇ ਹਰਣੀ ਤਲਾਬ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ ਹੈ ਜਿਸ ਦੇ ਕਾਰਨ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਅਤੇ ਹਾਲੇ ਵੀ ਜਿਹੜੀਆਂ ਡੈੱਡ ਬਾਡੀਜ਼ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਪਹਿਰ ਦੇ ਵੇਲੇ ਇਹ ਹਾਦਸਾ ਵਾਪਰਿਆ ਹੈ ਤਾਂ ਬੇਹੱਦ ਦੁਖਦਾਈ ਖਬਰ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਗੁਜਰਾਤ ਦੇ ਵੜੋਦਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਸੀ ਪਹਿਨੀ ਤੇ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਬੱਚੇ ਨੇ 10 ਬੱਚੇ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ ਹਾਲੇ ਹੋਰ ਵੱਧ ਸਕਦੀ ਹੈ ਕਿਉਂਕਿ ਹਾਲੇ ਵੀ ਕਈ ਬੱਚੇ ਲਾਪਤਾ ਦੱਸੇ ਜਾ ਰਹੇ ਨੇ ਗੁਜਰਾਤ ਦੇ ਵੜੋਦਰਾ ਦੇ ਵਿੱਚ ਹਰਨੀ ਲੇਕ ਦੇ ਵਿੱਚ ਇਹ ਕਿਸ਼ਤੀ ਪਲਟੀ ਹੈ ਤੇ ਜਿਸ ਦੇ ਵਿੱਚ 10 ਬੱਚਿਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਹੈ। ਕਈ ਬੱਚਿਆਂ ਨੂੰ ਬਚਾਇਆ ਵੀ ਗਿਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸ਼ਿਕਾਰ ਹੋਏ ਬੱਚੇ ਵੜੋਦਰਾ ਦੇ ਨਿਊ ਸਨਰਾਈਜ਼ ਸਕੂਲ ਦੇ ਸਨ। ਤੇ ਇਸ ਦੌਰਾਨ ਕਿਸੇ ਵੀ ਬੱਚੇ ਜਾਂ ਅਧਿਆਪਕ ਨੇ ਲਾਈਫ ਜੈਕਟ ਨਹੀਂ ਸੀ ਪਹਿਨੀ ਤੇ ਜਦੋਂ ਕਿਸ਼ਤੀ ਪਲਟੀ ਤਾਂ ਸਾਰੇ ਪਾਣੀ ਦੇ ਵਿੱਚ ਡੁੱਬਣ ਲੱਗ ਪਏ। ਵੜੋਦਰਾ ਦੇ ਕਲੈਕਟਰ ਏ ਵੀ ਗੌਰ ਨੇ ਦੱਸਿਆ ਕਿ ਬੋਟ ਦੀ ਸਮਰੱਥਾ 16 ਸਵਾਰੀਆਂ ਦੀ ਸੀ ਜਦਕਿ ਇਸ ਦੇ ਵਿੱਚ 27 ਲੋਕ ਸਵਾਰ ਸਨ rescued ਟੀਮਾਂ ਮੌਕੇ ਤੇ ਪਹੁੰਚੀਆਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਰੱਸੀ ਦੇ ਨਾਲ ਕਿਸ਼ਤੀ ਨੂੰ ਕਿਨਾਰੇ ਤੇ ਖਿੱਚਿਆ ਗਿਆ ਤਾਂ ਬੇहद ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਤੇ ਮਰਨ ਵਾਲਿਆਂ ਦੇ ਵਿੱਚ 10 ਵਿਦਿਆਰਥੀ ਨੇ ਲੇਕ ਦੇ ਵਿੱਚ ਬੋਟਿੰਗ ਕਰ ਰਹੇ ਸੀ ਇਹ ਵਿਦਿਆਰਥੀ ਇੱਕ ਸਕੂਲ ਦੇ ਸੀ ਜਿਸ ਕਾਰਨ ਦੱਸਦੀ ਹੈ ਕਿ ਸਕੂਲ ਦੇ ਵਿਦਿਆਰਥੀ ਸੀ ਤੇ ਵੋਟ VOTING ਕਰਨ ਆਏ ਸੀ ਤਾਂ ਇਸ ਦੌਰਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਲਾਈਫ ਜੈਕਟ ਵੀ ਨਹੀਂ ਸੀ ਪਹਿਨੀ ਹੋਈ ਨਾ ਅਧਿਆਪਕਾਂ ਨੇ ਲਾਈਫ ਜੈਕਟ ਪਹਿਨੀ ਹੋਈ ਸੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਤੇ ਸਮਰੱਥਾ ਦੇ ਨਾਲੋਂ ਵੱਧ ਵਿਦਿਆਰਥੀ ਇਸ ਕਿਸ਼ਤੀ ਦੇ ਵਿੱਚ ਸਵਾਰ ਸਨ ਤੇ ਅਚਾਨਕ ਕਿਸ਼ਤੀ ਪਲਟ ਜਾਂਦੀ ਹੈ ਤੇ ਜਦੋਂ ਤੱਕ ਗੋਤਾਖੋਰ ਅਤੇ ਹੋਰ ਲੋਕ ਪਹੁੰਚਦੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ 27 ਬੱਚੇ ਇਸ ਕਿਸ਼ਤੀ ਦੇ ਵਿੱਚ ਸਵਾਰ ਸਨ ਸਮਰਥਾ 16 ਦੀ ਸੀ ਤੇ ਨਾ ਲਾਈਫ ਜੈਕਟ ਪਹਿਨੀ ਹੋਈ ਸੀ ਤੇ ਅਚਾਨਕ ਇਹ ਕਿਸ਼ਤੀ ਪਲਟ ਜਾਂਦੀ ਹੈ ਤੇ ਬੇहद ਭਿਆਨਕ ਹਾਦਸਾ ਵਾਪਰਿਆ। ਲੇਖ ਤੇ ਵਿਦਿਆਰਥੀ VOTING ਕਰਨ ਦੇ ਲਈ ਆਏ ਸੀ, ਘੁੰਮਣ ਲਈ ਆਏ ਸੀ ਪਰ ਵੱਡੀ ਲਾਪਰਵਾਹੀ ਕਿਉਂਕਿ ਜਿਸ ਢੰਗ ਦੇ ਨਾਲ ਲਾਈਫ ਜੈਕਟ ਜਿਹੜੀ ਆ ਉਹ ਜ਼ਰੂਰੀ ਹੁੰਦੀ ਹੈ ਜਦੋਂ ਵੀ ਤੁਸੀਂ ਕਿਤੇ VOTING ਕਰਦੇ ਹੋ ਤਾਂ ਭਿਆਨਕ ਹਾਦਸਿਆਂ ਦੇ ਵਿੱਚ ਵਿਦਿਆਰਥੀਆਂ ਸਣੇ 12 ਦੀ ਮੌਤ ਹੋ ਗਈ ਹੈ ਤੇ 15 ਦੇ ਕਰੀਬ ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਕਈ ਵਿਦਿਆਰਥੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਕੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵਿਦਿਆਰਥੀਆਂ ਦੀ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਵੀ ਵੱਧ ਸਕਦੀ ਹੈ ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਗੁਜਰਾਤ ਦੇ ਵੜੋਦਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਹਰਣੀ ਲੇਕ ਹੈ ਤੇ ਹਰਣੀ ਲੇਕ ਦੇ ਵਿੱਚ ਇਹ ਵਿਦਿਆਰਥੀ ਜਿਹੜੇ ਨੇ ਸਨਰਾਈਜ਼ ਸਕੂਲ ਦੇ ਇਹ VOTING ਕਰਨ ਲਈ ਪਹੁੰਚੇ ਹੋਏ ਸੀ ਅਧਿਆਪਕ ਵੀ ਨਾਲ ਸੀ ਤੇ ਇੱਕ ਕਿਸ਼ਤੀ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਇਹ ਬੱਚੇ ਸਵਾਰ ਹੋ ਕੇ VOTING ਕਰ ਰਹੇ ਸੀ ਤੇ ਕਿਉਂਕਿ ਸਮਰੱਥਾ ਦੇ ਨਾਲੋਂ ਜ਼ਿਆਦਾ ਬੱਚੇ ਬੈਠੇ ਸੀ ਜ਼ਿਆਦਾ ਲੋਕ ਬੈਠੇ ਸੀ ਜਿਸ ਕਾਰਨ ਕਿਸ਼ਤੀ ਜਿਹੜੀ ਹੈ ਉਹ ਉਸ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਦੇ ਕਾਰਨ ਜਿਹੜੀ ਕਿਸ਼ਤੀ ਹੈ ਉਹ ਪਲਟ ਜਾਂਦੀ ਹੈ ਜਿਸ ਕਾਰਨ ਜਿਹੜੇ ਵਿਦਿਆਰਥੀ ਨੇ ਉਹ ਡੁੱਬ ਜਾਂਦੇ ਨੇ ਤੇ ਉਹਨਾਂ ਨੇ ਲਾਈਫ ਜੈਕਟ ਵੀ ਨਹੀਂ ਪਹਿਨੀ ਹੁੰਦੀ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਵਿਦਿਆਰਥੀਆਂ ਦੇ ਮਾਪੇ ਮੌਕੇ ਤੇ ਪਹੁੰਚੇ ਹੋਏ ਨੇ ਬੇहद ਦੁਖਦਾਈ ਖਬਰ ਹੈ ਹੜਕੰਪ ਮਚ ਗਿਆ ਏ ਤੇ ਵਕ-ਵਕ ਆਗੂਆਂ ਦੇ ਵੱਲੋਂ ਡੂੰਗੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤਾਂ ਗੋਤਾਖੋਰ ਹਾਲੇ ਵੀ ਵਿਦਿਆਰਥੀਆਂ ਦੀਆਂ ਲਾਸ਼ਾਂ ਲੱਭ ਰਹੇ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਨੇ ਤੇ ਵੱਡੀ ਲਾਪਰਵਾਹੀ ਕਿਉਂਕਿ ਨਾ ਤਾਂ ਲਾਈਫ ਜੈਕਟ ਪਹਿਨੀ ਸੀ ਦੂਜਾ ਸਮਰੱਥਾ ਤੋਂ ਵੱਧ ਵਿਦਿਆਰਥੀ ਇਸ ਕਿਸ਼ਤੀ ਦੇ ਵਿੱਚ ਬੈਠੇ ਸੀ ਤੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇੱਕ ਕਿਸ਼ਤੀ ਪਲਟ ਗਈ ਕਿਸ਼ਤੀ ਪਲਟਣ ਕਾਰਨ 10 ਤੋਂ ਵਧੇਰੇ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਦੋ ਅਧਿਆਪਕਾਂ ਦੀ ਵੀ ਮੌਤ ਹੋਈ ਹੈ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਸ ਢੰਗ ਦੇ ਨਾਲ ਇਹ ਹਾਦਸਾ ਵਾਪਰਿਆ ਹੈ